ਗੁੱਡ ਮਾਰਨਿੰਗ ਆਲ ਆਫ ਯੂ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜੋ ਬੱਚੇ ਪੰਜਾਬੀ ਦੇ ਅੱਖਰ ਸਿੱਖ ਸੁੱਕੇ ਹਨ ਤੇ ਉਹਨਾਂ ਨੂੰ ਅਸੀਂ ਦੋ ਅੱਖਰਾਂ ਦੇ ਜੋੜ ਵਾਲੇ ਸ਼ਬਦ ਮੁਕਤਾ ਸ਼ਬਦ ਕਿਸ ਤਰ੍ਹਾਂ ਸਿਖਾਵਾਂਗੇ ਹਾਂਜੀ ਮੈਂ ਇਹ ਦੋ ਸ਼ੀਟਸ ਤਿਆਰ ਕੀਤੀਆਂ ਹਨ ਇਹ ਸ਼ੀਟਸ ਮੈਂ ਕਲਰਫੁੱਲ ਤਿਆਰ ਕੀਤੀਆਂ ਹਨ ਇਸ ਦੇ ਨਾਲ ਬੱਚੇ ਦਾ ਇੰਟਰਸਟ ਵੀ ਪਾਦਾ ਹੈ ਇਸ ਉੱਪਰ ਮੈਂ ਇਹ ਅੱਖਰ ਲਿਖੇ ਹਨ ਜਿਸ ਤਰ੍ਹਾਂ ਬੱਚੇ ਨੂੰ ਅਸੀਂ ਇਸ ਸੀਟ ਦੇ ਦੁਆਰਾ ਦੱਸ ਸਕਦੇ ਹਾਂ ਕਿ ਹਾ ਹਾ ਲੱਲਾ ਹਲ ਬੱਬਾ ਲੱਲਾ ਬਲ ਫੱਪਾ ਲੱਲਾ ਫਲ ਨੰਨਾ ਲੱਲਾ ਨਲ ਚੱਚਾ ਲੱਲਾ ਚਲ ਇਸ ਤਰ੍ਹਾਂ ਅਸੀਂ ਬੱਚੇ ਨੂੰ 1 2 3 4 5 1 ਤੋਂ 5 ਤੱਕ ਦੋ ਅੱਖਰਾਂ ਦੇ ਜੋੜ ਵਾਲੇ ਸ਼ਬਦ ਸਿਖਾ ਸਕਦੇ ਹਾਂ ਇੱਕ ਵਾਰ ਫੇਰ ਤੋਂ ਦੱਸਾਂਗੇ ਹਾ ਹਾ ਲੱਲਾ ਹਲ ਬੱਬਾ ਲੱਲਾ ਬਲ ਫਫਾ ਲੱਲਾ ਫਲ ਨੰਨਾ ਲੱਲਾ ਨਲ ਚਚਾ ਲੱਲਾ ਚਲ ਇਸੇ ਤਰ੍ਹਾਂ ਹੀ ਇਹ ਕੁਝ ਇਸ ਸੀਟ ਤੇ ਅੱਖਰ ਲਿਖੇ ਹਨ ਜਿਸ ਤਰ੍ਹਾਂ ਜਿਸ ਦੇ ਨਾਲ ਅਸੀਂ ਬੱਚੇ ਨੂੰ ਦੱਸਾਂਗੇ ਕਿ ਨੰਨੇ ਦੇ ਨਾਲ ਜੇ ਕਰ ਸੀ ਲੱਲਾ ਜੋੜ ਕੇ ਇਹ ਬਣ ਗਿਆ ਨੰਨਾ ਲੱਲਾ ਨਲ ਬੱਬਾ ਲੱਲਾ ਬਲ ਜੱਜਾ ਲੱਲਾ ਜਲ ਫਫਾ ਲੱਲਾ ਫਲ ਇਸ ਤਰ੍ਹਾਂ ਸੀ ਬੱਚੇ ਨੂੰ ਇੱਕ ਤੋਂ 5 ਤੱਕ ਦੋ ਅੱਖਰਾਂ ਵਾਲੇ ਮੁਕਤਾ ਸ਼ਬਦ ਸਿਖਾ ਸਕਦੇ ਹਾਂ ਧੰਨਵਾਦ